ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਜੰਗ ਢੱਲੋਂ ਅੱਜ ਗਾਣਾ ਸੁਣਾਉਣ ਲੱਗਿਆ ਜੀ ਫੇਕ ਵਿਊ ਤੇ ਵੀ ਆ ਜਿਹੜੇ ਵਿਊ ਫੇਕ ਕਰਾਉਂਦੇ ਆ ਇਹਨਾਂ ਤੇ ਕਟਾਕਸ਼ ਕੀਤਾ ਵੀ ਇੱਕ ਸਿੰਗਰ ਆਪਦਾ ਗਾਣਾ ਰਿਲੀਜ਼ ਕਰਦਾ ਤੇ ਗਾਣੇ ਦੇ ਵਿਊ ਨਹੀਂ ਹੁੰਦੇ ਕਿਉਂਕਿ ਉਹਦੇ ਵਿੱਚ ਹੀ ਨਹੀਂ ਕੁਝ ਹੁੰਦਾ ਤੇ ਉਹ ਫਿਰ ਕੰਪਨੀ ਵਾਲਿਆਂ ਨੂੰ ਫੋਨ ਕਰਦਾ ਵੀ ਗਾਣੇ ਦੇ ਵਿਊ ਨਹੀਂ ਹੋਏ ਵੀ ਇਹਦਾ ਕੋਈ ਹੱਲ ਕਰਿਆ ਜਾਵੇ ਤੇ ਫਿਰ ਉਹ ਨੁਕਤਾ ਦੱਸਦਾ ਉਹਨੂੰ ਵੀ ਐਂ ਕਰਕੇ ਗਾਣਾ ਹੁਣੇ ਉੱਠੂਗਾ ਤੇ ਗੌਰ ਨਾਲ ਸੁਣਿਓ ਕੀ ਕਹਿੰਦਾ ਉਹ ਬੈਲਾ ਨੂੰ ਫੋਨ ਕਰਦਾ ਤੇ ਕਹਿੰਦਾ ਕਹਿੰਦਾ ਦੇਖ ਕੇ ਗਾਣਾ ਦਿਲ ਜਾ ਟੁੱਟਿਆ ਐਤ ਕੀ ਸਾਲਾ ਜਮਾ ਨਹੀਂ ਉੱਠਿਆ ਹੁਣ ਬੇਇੱਜ਼ਤੀ ਹੁਣੋਂ ਬਚਾ ਦਿਓ ਜੀ ਬਸ ਨਰਨੇ ਕਾਲ ਜੇ 2 ਕੋ ਮਿਲੀਅਨ ਪਾ ਦਿਓ ਜੀ ਤੁਸੀਂ ਨਰਨੇ ਕਾਲ ਜੇ 2 ਕੋ ਮਿਲੀਅਨ ਪਾ ਦਿਓ ਜੀ ਤੁਸੀਂ ਨਰਨੇ ਕਾਲ ਜੇ ਯੂ ਟਿਊਬਰ ਤੋਂ ਚੀਟ ਕਰਾ ਦਿਓ ਕਮੈਂਟ ਗਲਤ ਜੋ ਡਿਲੀਟ ਕਰਾ ਦਿਓ ਬਸ ਟ੍ਰੈਂਡਿੰਗ ਵਿੱਚ ਲਿਆ ਦਿਓ ਜੀ ਤੁਸੀਂ ਨਰਨੇ ਕਾਲ ਜੇ 2 ਕ ਮਿਲੀਅਨ ਪਾ ਦਿਓ ਜੀ ਤੁਸੀਂ ਤੜਕੇ ਤੜਕੇ ਬਸ 2 ਕ ਮਿਲੀਅਨ ਪਾ ਦਿਓ ਜੀ ਤੁਸੀਂ ਤੜਕੇ ਤੜਕੇ ਫਿਰ ਉਹ ਕਹਿੰਦਾ ਵੀ ਸ਼ੱਕ ਹੋ ਜੂਗੀ ਦਿਨੇ ਨਾ ਪਾਈ ਵੀ ਲੋਕ ਦੇਖ ਲੈਣਗੇ ਵੀ ਹੁਣ ਤਾਂ ਇੰਨੇ ਮਿਲੀਅਨ ਸੀ ਹੋਣਾ ਹੈ ਕਿ ਮੈਂ ਇੱਕਦਮ ਵੱਧ ਕੇ ਪਰ ਉਹ ਨਾ ਦਸ ਦ ਤਰੀਕਾ ਕਹਿੰਦਾ ਦਿਨੇ ਨਾ ਪਾਇਓ ਸ਼ੱਕ ਹੋ ਜੂਗੀ ਜਨਤਾ ਵਿੱਚ ਗੱਲ ਚੱਕ ਹੋ ਜੂਗੀ ਮੂੰਹ ਨੇਰੇ ਜੇ ਗੇਮ ਕਮਾ ਦਿਓ ਜੀ ਤੁਸੀਂ ਤੜਕੇ ਤੜਕੇ ਬਸ 2 ਮਿਲੀਅਨ ਪਾ ਦਿਓ ਜੀ ਤੁਸੀਂ ਤੜਕੇ ਤੜਕੇ ਤੇ ਗੱਲ ਕਰਦਾ ਵੀ ਵੀਰੇ ਐ ਫੇਕ ਵੀਊ ਪਾਉਣ ਨਾਲ ਕੋਈ ਸਟਾਰ ਨਹੀਂ ਹੁੰਦਾ ਜੀ ਇਹਨੂੰ ਦੁਨੀਆ ਜਾਣਦੀ ਆ ਫੇਸਬੁੱਕ ਤੋਂ ਵੀ ਪੇਜਾਂ ਤੋਂ ਵੀ ਘਰੇ ਬੈਠੇ ਇਹਨੂੰ ਜਾਣਦੇ ਆ ਜੇ ਕਲਾ ਹੋਵੇ ਵਿੱਚ ਤਾਂ ਬੰਦੇ ਦਾ ਪੇਗਣ ਪੈਂਦਾ ਕਲਾ ਸਹੀ ਸੀ ਤਾਂ ਪਛਾਣਗੇ ਜੰਗ ਨੂੰ ਲੋਕੀ ਪੇਜ ਤੋਂ ਜਾਣਗੇ ਕਲਾ ਸਹੀ ਸੀ ਤਾਂ ਪਛਾਣਗੇ ਜੰਗ ਨੂੰ ਲੋਕੀ ਪੇਜ ਤੋਂ ਜਾਣਗੇ ਹੁਣ ਸ਼ੇਰਾਂ ਦੀ ਨੇਰੀ ਲਿਆ ਦਿਓ ਜੀ ਹੁਣ ਤੜਕੇ ਤੜਕੇ ਬਸ 2 ਮਿਲੀਅਨ ਤੋਂ ਟਪਾ ਦਿਓ ਜੀ ਹੁਣ ਤੜਕੇ ਤੜਕੇ બસ 2 ਕੁ ਮਿਲੀਅਨ ਪਾ ਦਿਓ ਜੀ ਤੁਸੀਂ ਫੇਸਬੁੱਕ ਤੇ ਜੇ ਗਾਣਾ ਵਧੀਆ ਲੱਗਿਆ ਕਟਾਕਸ਼ ਕੀਤਾ ਸੀ ਕੋਈ ਰੀਅਲ ਸਟੋਰੀ ਤੇ ਤੇ ਵੀਰੇ ਫੇਕ ਵਿਊ ਪਾਉਣ ਨਾਲ ਬੰਦਾ ਹੱਟ ਨਹੀਂ ਹੁੰਦਾ ਜਾਂ ਸਾਹਮਣੇ ਨਹੀਂ ਆ ਜਾਂਦਾ ਜਿਹਦੇ ਚ ਕਲਾ ਉਹਨਾਂ ਨੂੰ ਫੇਸਬੁੱਕ ਤੋਂ ਜਾਂ ਉਹਨਾਂ ਦੀ ਕੋਈ ਇੱਕ ਇੱਕ ਵੀਡੀਓ ਵਾਇਰਲ ਹੋ ਕੇ ਜਾਂ ਸਟੇਜਾਂ ਤੋਂ ਲੋਕ ਉਹਨਾਂ ਨੂੰ ਚੰਗੇ ਗਾਉਣ ਵਾਲਿਆਂ ਨੂੰ ਚੰਗੇ ਲਿਖਣ ਵਾਲਿਆਂ ਨੂੰ ਅੱਜ ਵੀ ਸਤਿਕਾਰ ਦੇ ਆ ਪਿਆਰ ਦੇ ਆ ਨਾ ਕੇ ਫੇਕ ਵਿਊਆਂ ਲਜਾਈਏ ਹਾਲਾਂਕਿ ਆਪਾਂ ਜਿਹੜਾ ਵੀ ਰੀਅਲ ਟੈਲੈਂਟ ਆ ਉਹਨੂੰ ਪਛਾਣਨੀ ਹੈ ਜੇ ਕਿਸੇ ਚ ਕਲਾ ਉਹਨੂੰ ਅੱਗੇ ਲੈ ਕੇ ਆਈਏ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਕੀ ਆਪਣਾ YouTube ਤੇ ਚੈਨਲ ਜੰਗ ਦੀ ਪ੍ਰੋਡਕਸ਼ਨ ਉਹਨੂੰ ਸਬਸਕ੍ਰਾਈਬ ਕਰੋ ਅਸੀਂ ਤਾਂ ਉੱਥੋਂ ਹੀ ਗਾਣੇ ਰਿਲੀਜ਼ ਕਰਾਂਗੇ ਸੁਣਨ ਵਾਲਿਆਂ ਨੇ ਉੱਥੋਂ ਹੀ ਸੁਣ ਲੈਣੇ ਆ ਜੀਨੇ ਨਹੀਂ ਸੁਣਨੇ ਵੀਰੋ ਨੇ ਫਿਰ ਸੁਣਨੇ ਹੀ ਨਹੀਂ ਤੇ ਇਹਨੇ ਕਹਿੰਦੇ ਹੋਏ ਖਿਮਾ ਦੇ ਇਜਾਜ਼ਤਾਂ ਪਿਆਰ ਸਤਿਕਾਰ ਕਰਦੇ ਰਿਹਾ ਕਰੋ ਲਵ ਯੂ ਆਲ ਸਸਰੀਆ ਕਾਲ